ਹਾਂ ਸਮਾਨ ਮੜਾ ਇਹਦੇ ਖਾਦੇ ਹੱਥ ਤੇ ਕਰਕੇ ਕੀ ਹੈ ਭਾਈ ਸਮਾਨ ਸਮਾਨ ਤੇ ਨਹੀਂ ਕੁਛ ਕਹਿਣਾ ਤੈਨੂੰ ਚੁੱਪ ਭੇਜ ਲੰਗਾ ਕੀ ਗੱਲ ਕੀ ਹੋਈ ਹੈ ਉਹ ਕੋਈ ਨਹੀਂ ਗੱਲ ਹੋਈ ਆ ਦਿਖਾਈ ਮੜਾ ਕਿੰਨੇ ਦਾ ਲੈਂਦਾ ਜੀ ਇਹ ਤਸਵੀਰਾਂ ਉਹਨਾਂ ਨਸ਼ੇੜੀ ਨੌਜਵਾਨਾਂ ਦੀਆਂ ਨੇ ਜਿਹੜੇ ਕਿ ਇੱਕ ਘਰ ਦੇ ਬਾਹਰ ਭੀੜ ਲਗਾ ਕੇ ਖੜੇ ਨੇ ਦਰਅਸਲ ਇਹ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਘਰ ਦੇਖ ਰਹੇ ਹੋ ਇਸ ਘਰ ਦੇ ਵਿੱਚੋਂ ਚਿੱਟਾ ਮਿਲਦਾ ਹੈ ਤੇ ਸਾਰਾ ਦਿਨ ਨਸ਼ੇੜੀ ਮੁੰਡਿਆਂ ਦੀਆਂ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਭੀੜ ਜਮਾ ਰਹਿੰਦੀ ਹੈ ਇਸ ਘਰ ਦੇ ਵਿੱਚੋਂ ਚਿੱਟਾ ਮਿਲਦਾ ਹੈ ਵੀਡੀਓ ਵਾਇਰਲ ਹੋਈ ਹੈ ਅੰਮ੍ਰਿਤਸਰ ਤੇ ਪੰਡੋਰੀ ਮਾਫ ਕਰਨਾ ਵੜੈਚ ਤੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਲਾਕਾ ਕਾਫੀ ਮਸ਼ਹੂਰ ਹੈ ਇਹ ਪਿੰਡ ਕਾਫੀ ਮਸ਼ਹੂਰ ਹੈ ਕਿਉਂਕਿ ਸ਼ਰਿਆਮ ਇੱਥੋਂ ਚਿੱਟੇ ਦੀਆਂ ਪੁੜੀਆਂ ਮਿਲਦੀਆਂ ਨੇ ਵੀਡੀਓ ਵਾਇਰਲ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਪੰਜਾਬ ਸਰਕਾਰ ਕਿੱਥੇ ਹੈ ਜਿਹੜੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਆਏ ਦਿਨ ਦਾਅਵੇ ਕਰਦੀ ਹੈ ਹਾਂ ਸਮਾਨ ਮੜਾ ਇਹ ਦਿਖਾ ਦੇ ਹੱਥ ਤੇ ਕਰਕੇ ਕੀ ਹੈ ਭਾਈ ਸਮਾਨ ਸਮਾਨ ਤੇ ਨਹੀਂ ਕੁਛ ਕਹਿਣਾ ਤੈਨੂੰ ਚੁੱਪ ਭੇਜ ਲੰਗਾ ਕੀ ਗੱਲ ਕੀ ਹੋਈ ਹੈ ਉਹ ਕੋਈ ਨਹੀਂ ਗੱਲ ਹੋਈ ਆ ਦਿਖਾਈ ਮੜਾ ਕਿੰਨੇ ਦਾ ਲੈਂਦਾ ਜੀ ਠੀਕ ਹੈ ਕਾਕੇ ਕਾਕਾ ਨਾ ਅੰਦਰ ਚਲੋ ਇਹ ਨਿਕਲ ਜਾਓ ਇੱਕ ਮਿੰਟ ਤੋਂ ਪਹਿਲਾਂ ਪਾਜੋ ਪਾਜੋ ਜੁੱਤੀ ਬੜੀ ਫਿਰਨੀ ਦਾ ਕਿਹਨੂੰ ਕਾਕੇ ਨੂੰ ਫੜਾਈ ਕਾਕਾ ਹਾਂ ਸਮਾਨ ਮੜਾ ਇਹ ਦਿਖਾ ਦੇ ਹੱਥ ਤੇ ਕਰਕੇ ਕੀ ਹੈ ਭਾਈ ਸਮਾਨ ਸਮਾਨ ਤੇ ਨਹੀਂ ਕੁਛ ਕਹਿਣਾ ਤੈਨੂੰ ਚੁੱਪ ਭੇਜ ਲੰਗਾ ਕੀ ਗੱਲ ਕੀ ਹੋਈ ਹੈ ਉਹ ਕੋਈ ਨਹੀਂ ਗੱਲ ਹੋਈ ਆ ਦਿਖਾਈ ਮੜਾ ਕਿੰਨੇ ਦਾ ਲੈਂਦਾ ਜੀ ਠੀਕ ਹੈ ਕਾਕੇ ਕਾਕਾ ਨਾ ਅੰਦਰ ਚਲੋ ਇਹ ਨਿਕਲ ਜਾਓ ਇੱਕ ਮਿੰਟ ਤੋਂ ਪਹਿਲਾਂ ਪਾਜੋ ਪਾਜੋ ਜੁੱਤੀ ਬੜੀ ਫਿਰਨੀ ਦਾ ਕਿਹਨੂੰ ਕਾਕੇ ਨੂੰ ਫੜਾਈ ਕਾਕਾ ਸਮਾਨ ਮੜਾ ਇਹ ਦਿਖਾ ਦੇ ਹੱਥ ਤੇ ਕਰਕੇ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਨਹੀਂ ਦੋ ਨਹੀਂ ਬਲਕਿ 5-7 ਨੌਜਵਾਨ ਨੇ ਜਿਹੜੇ ਕਿ ਘਰ ਦੇ ਬਾਹਰ ਖੜੇ ਨੇ ਚਿੱਟਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਚਿੱਟੇ ਦੀ ਲੱਤ ਇਹਨਾਂ ਨੂੰ ਲੱਗ ਚੁੱਕੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਨਸ਼ਿਆਂ ਕਰਕੇ ਪਿੰਡ ਇੰਨਾ ਜ਼ਿਆਦਾ ਮਸ਼ਹੂਰ ਹੈ ਚਿੱਟੇ ਕਰਕੇ ਇੰਨਾ ਜ਼ਿਆਦਾ ਮਸ਼ਹੂਰ ਹੈ ਆਏ ਦਿਨ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪੁਲਿਸ ਦੇ ਵੱਲੋਂ ਕਿਉਂ ਇਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ ਨਸ਼ਾ ਤਸਕਰਾਂ 'ਤੇ ਨਕੇਲ ਕਿਉਂ ਨਹੀਂ ਕੱਸੀ ਜਾਂਦੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿੱਥੇ ਕਿ ਵੀਡੀਓਜ਼ ਆਏ ਦਿਨ ਵਾਇਰਲ ਹੁੰਦੀਆਂ ਨੇ ਪਰ ਪੁਲਿਸ ਦੀ ਕਾਰਵਾਈ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਕਿ ਨਸ਼ਾ ਤਸਕਰਾਂ 'ਤੇ ਨਕੇਲ ਕੱਸੀ ਜਾ ਰਹੀ ਹੈ ਪੁਲਿਸ ਅਧਿਕਾਰੀ ਜਿਹੜੇ ਨੇ ਪਲ ਪਲ ਚੈਕਿੰਗ ਕਰਦੇ ਨੇ ਜਿਹੜਾ ਸਰਹੱਦੋਂ ਪਾਰ ਨਸ਼ਾ ਆ ਰਿਹਾ ਉਸ 'ਤੇ ਵੀ ਨਜ਼ਰ ਜਿਹੜੀ ਹੈ ਰੱਖੀ ਜਾ ਰਹੀ ਤਾਂ ਜੋ ਪੰਜਾਬ 'ਚ ਨਸ਼ਾ ਐਂਟਰ ਨਾ ਹੋਵੇ ਪਰ ਇਹ ਜਿੱਥੇ ਚਿੱਟਾ ਵੇਖ ਰਿਹਾ ਇਸ ਘਰ ਦੇ ਵਿੱਚ ਚਿੱਟਾ ਕੌਣ ਪਹੁੰਚਾ ਰਿਹਾ ਇਸ 'ਤੇ ਵੀ ਸਵਾਲੀਆ ਨਿਸ਼ਾਨ ਹੈ ਸਰਵਣ ਵੀਡੀਓ ਵਾਇਰਲ ਹੋਈ ਹੈ ਪਰ ਪੁਲਿਸ ਤਾਂ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਦੇਖੋ ਮਨਪ੍ਰੀਤ ਕੋਈ ਨਵਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਲਗਾਤਾਰ ਜਿਹੜੀਆਂ ਨਸ਼ੇ ਦੀ ਵਿਕਰੀ ਦੀਆਂ ਵੀਡੀਓ ਅੰਮ੍ਰਿਤਸਰ ਦੇ ਵਿੱਚ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਕਈ ਨੌਜਵਾਨ ਜਿਹੜੇ ਨਸ਼ੇ ਦੇ ਹਾਲਤ ਦੇ ਵਿੱਚ ਬੇਸੁੱਧ ਹੋਏ ਨਜ਼ਰ ਆਉਂਦੇ ਨੇ ਅੰਮ੍ਰਿਤਸਰ ਦੀਆਂ ਵੱਖ-ਵੱਖ ਸੜਕਾਂ ਦੇ ਵਿੱਚ ਉਹਨਾਂ ਦੇ ਵੀਡੀਓ ਵੀ ਅਸੀਂ ਦੇਖਦੇ ਹਾਂ ਇਹ ਜਿਹੜੀ ਵੀਡੀਓ ਹੁਣ ਨਵੀਂ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਸ਼ਰੇਆਮ ਚਿੱਟਾ ਵਿਗ ਰਿਹਾ ਉਹ ਨੌਜਵਾਨ ਚਿੱਟਾ ਖਰੀਦ ਕੇ ਜਿਹੜਾ ਉਹ ਲੈ ਕੇ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਲੋਕ ਕਈ ਨੌਜਵਾਨ ਜਿਹੜੇ ਨੇ ਅਜੇ ਉਸ ਗੇਟ ਦੇ ਘਰ ਦੇ ਗੇਟ ਦੇ ਬਾਹਰ ਖੜੇ ਹੋਏ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਕੋਈ ਔਰਤ ਜਿਹੜੀ ਉਹ ਚਿੱਟਾ ਵੇਚਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਜਿੱਥੇ ਪੁਲਿਸ ਦਾਅਵੇ ਕਰਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਾਂ ਨਾਲ ਲੱਗਦੇ ਲਿਹਾਜ਼ੀ ਇਲਾਕਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੇ ਜਿਹੜੇ ਚਿੱਟੇ ਦੀ ਵਿਕਰੀ ਤਕਰੀਬਨ ਬੰਦ ਹੋ ਚੁੱਕੀ ਹੈ ਪਰ ਇਹ ਜਦ ਇਹ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਦਾਅਵੇ ਜਿਹੜੇ ਨੇ ਉਹ ਸਾਰੇ ਹਵਾ ਹੁੰਦੇ ਹੀ ਜਾਪਦੇ ਨੇ ਕਿਉਂਕਿ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਅੱਜ ਵੀ ਅੰਮ੍ਰਿਤਸਰ ਤੇ ਇਸ ਦੇ ਨਾਲ ਲੱਗਦੇ ਦਿਹਾਤੀ ਇਲਾਕਿਆਂ ਦੇ ਵਿੱਚ ਵੱਡੀ ਪੱਧਰ ਤੇ ਚਿੱਟੇ ਦੀ ਵਿਕਰੀ ਸ਼ਰਿਆਮ ਹੋ ਰਹੀ ਹੈ ਔਰ ਪੁਲਿਸ ਜਿਹੜੀਆਂ ਕੁੰਭ ਕਰਨੀ ਨਹੀਂ ਸੁੱਤੀ ਹੋਈ ਹੈ ਮਤਲਬ ਫਿਰ ਤਾਂ ਜੋ ਲੋਕ ਕਹਿੰਦੇ ਨੇ ਜਦੋਂ ਇਦਾਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਤਾਂ ਫਿਰ ਤਾਂ ਪੁਲਿਸ ਅਧਿਕਾਰੀਆਂ ਦਾ ਹਿੱਸਾ ਹੋਵੇਗਾ ਨਸ਼ਾ ਤਸਕਰਾਂ ਦੇ ਨਾਲ ਤਾਂ ਫਿਰ ਇਹ ਤਾਂ ਸੱਚ ਸਾਬਿਤ ਹੁੰਦਾ ਨਜ਼ਰ ਆ ਰਿਹਾ ਜੇ ਪੁਲਿਸ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਤਾਂ ਦੇਖੋ ਮਨਪ੍ਰੀਤ ਇਹ ਗੱਲ ਜਿਹੜੀ ਕਈ ਵਾਰ ਸਾਹਮਣੇ ਆਈ ਹੈ ਜਿਵੇਂ ਮੈਂ ਥੋੜੀ ਪਿੱਛੇ ਸਮੇਂ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਕਈ ਇਲਾਕੇ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੁੰਦੀ ਹੈ ਪੁਲਿਸ ਵੱਲੋਂ ADGP ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਵੱਲੋਂ ਜਿਹੜੀ ਰੇਡ ਕੀਤੀ ਜਾਂਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਨਾਲ 200-250 ਮੁਲਾਜ਼ਮ ਲੈ ਕੇ ਔਰ ਵੱਡੀ ਪੱਧਰ ਤੇ ਇੱਥੇ ਜਿਹੜਾ ਚਿੱਟੇ ਦਾ ਜਿਹੜਾ ਕਾਰੋਬਾਰ ਹੁੰਦਾ ਪਰ ਜਦ ਅਧਿਕਾਰੀ ਰੇਡ ਕਰਦੇ ਨੇ ਤਾਂ ਕਿਤੇ 10 ਗ੍ਰਾਮ ਚਿੱਟਾ ਵੀ ਜਿਹੜਾ ਬਰਾਮਦ ਨਹੀਂ ਹੁੰਦਾ ਔਰ ਜੇ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਗੱਲਬਾਤ ਕੀਤੀ ਸੀ ਸਪੋਕਸਮੈਨ ਜਿਵੇਂ ਪਿਛਲੇ ਦਿਨੀ ਕਾਫੀ ਵੀਡੀਓ ਜਿਹੜੀਆਂ ਸਟਿੰਗ ਕੀਤੇ ਗਏ ਸੀ ਉਸ ਵਿੱਚ ਉਹਨਾਂ ਦੱਸਿਆ ਸੀਗਾ ਕਿ ਪੁਲਿਸ ਦੇ ਜਿਹੜੇ ਕੁਝ ਅਧਿਕਾਰੀ ਨੇ ਜਿਹੜੇ ਜੂਨੀਅਰ ਅਧਿਕਾਰੀ ਨੇ ਉਹਨਾਂ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦਿੰਦੇ ਨੇ ਕਿ ਇਸ ਇਲਾਕੇ ਦੇ ਵਿੱਚ ਰੇਡ ਹੋਣ ਵਾਲੀ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭਗਤ ਤਾਂ ਸਾਹਮਣੇ ਜ਼ਰੂਰ ਆਉਂਦੀ ਹੈ ਪਰ ਇਸ ਦੇ ਨਾਲ ਹੀ ਜਿਹੜਾ ਕਹਿੰਦੇ ਕਿ ਸਮੁੰਦਰ ਦੇ ਵਿੱਚੋਂ ਅਜਿਹੀਆਂ ਮੱਛੀਆਂ ਨੂੰ ਫੜ ਲੈਣਾ ਜਿਹੜਾ ਬੇਹੱਦ ਔਖਾ ਹੋ ਜਾਂਦਾ ਹੈ ਇਸੇ ਕਰਕੇ ਹੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਚਿੱਟੇ ਦੀ ਵਿਕਰੀ ਹੈ ਅੰਮ੍ਰਿਤਸਰ ਦੇ ਇਸ ਦੇ ਇਲਾਕਿਆਂ ਦੇ ਵਿੱਚ ਧੜੱਲੇ ਨਾਲ ਜਾ ਰਹੀ ਹੈ ਤੇ ਜਿਹੜੇ ਨੌਜਵਾਨ ਨਸ਼ਾ ਲੈਣ ਦੇ ਲਈ ਇਸ ਘਰ ਦੇ ਬਾਹਰ ਖੜੇ ਨੇ ਇਸੇ ਪਿੰਡ ਦੇ ਨੇ ਜਾਂ ਕਿਤੋਂ ਆਲੇ ਦੁਆਲੇ ਆਏ ਨੇ
ਦੇਖੋ ਮਨਪ੍ਰੀਤ ਦੇ ਕੋਈ ਪਹਿਲਾ ਪਿੰਡ ਨਹੀਂ ਹੈ ਪੰਡੋਰੀ ਵਿੜਾ ਚ, ਉਸ ਤੋਂ ਇਲਾਵਾ ਜੇ ਗੱਲ ਕਰਾਂ ਤਾਂ ਬਾਸਰ ਕੇ ਭੈਣੀ ਪਿੰਡ ਅੰਮ੍ਰਿਤਸਰ ਦਾ, ਹੋਰ ਵੀ ਕਈ ਐਸੇ ਪਿੰਡ ਨੇ ਜਿੱਥੇ ਚਿੱਟਾ ਸ਼ਰਿਆ ਵਿਕਦਾ ਔਰ ਰੌਣਕ ਜਿਹੜੀ ਹੈ ਚਿੱਟਾ ਵਿਚ ਵਾਲੇ ਦੇ ਘਰਾਂ ਦੇ ਬਾਹਰ ਜਿਹੜੀ ਲੱਗੀ ਰਹਿੰਦੀ ਹੈ। ਪੁਲਿਸ ਨੂੰ ਸਾਰਾ ਪਤਾ, ਵਾਰ ਵਾਰ ਪੁਲਿਸ ਨੂੰ ਦੱਸਿਆ ਵੀ ਜਾਂਦਾ ਜੇ ਅਜਿਹੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਨੇ, ਪਰ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈ ਕੋਈ ਨਹੀਂ ਕੀਤੀ ਜਾਂਦੀ। ਇਹ ਨੌਜਵਾਨ ਇਹ ਨਹੀਂ ਕਿ ਲੋਕਲ ਹੀ ਹੁੰਦੇ ਨੇ, ਬਾਹਰੋਂ ਵੀ ਜਿਹੜੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਨੌਜਵਾਨ ਨੇ ਉਹ ਚਿੱਟਾ ਖਰੀਦਣ ਲਈ ਜਿਹੜਾ ਅਜਿਹੇ ਲੋਕਾਂ ਦੇ ਕੋਲ ਅਕਸਰ ਹੀ ਆਉਂਦੇ ਨੇ। ਠੀਕ ਹੈ, ਸ਼ੁਕਰੀਆ ਸਰਵਣ ਤਮਾਮ ਜਾਣਕਾਰੀ ਦੇ ਲਈ। ਤਾਂ ਫਿਲਹਾਲ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਧਿਕਾਰੀ ਅਣਦੇਖਿਆ ਕਿਉਂ ਕਰ ਰਹੇ ਨੇ, ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਹੁਕਮ ਜਾਰੀ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਕਿ ਚੱਪੇ ਚੱਪੇ ਤੇ ਚੈਕਿੰਗ ਕੀਤੀ ਜਾਏ, ਪਿੰਡਾਂ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾਵੇ ਤਾਂ ਜੋ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਜਾ ਸਕੇ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਜਿਹੜੇ ਦਿਨੋਂ ਦਿਨ ਧੱਸ ਰਹੇ ਨੇ ਉਹਨਾਂ ਨੂੰ ਬਚਾਇਆ ਜਾਵੇ। ਪਰ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਆਏ ਦਿਨ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕਰ ਰਹੀਆਂ ਨੇ। ਫਿਲਹਾਲ ਕਾਰਵਾਈ ਕਦੋਂ ਹੋਵੇਗੀ ਜਾਂ ਫਿਰ ਅਜਿਹੀਆਂ ਵੀਡੀਓਜ਼ ਆਏ ਦਿਨ ਸਾਹਮਣੇ ਆਉਣਗੀਆਂ ਤੇ ਫਿਰ ਤਾਂ ਲੋਕ ਇਹੀ ਕਹਿੰਦੇ ਨੇ ਕਿ ਇਹਨਾਂ ਕੀ ਪੰਜਾਬ ਸਰਕਾਰ ਇਹ ਜਵਾਬ ਦੇਵੇ ਕਿ ਅਜਿਹੀਆਂ ਵੀਡੀਓਜ਼ ਦੇਖ ਕੇ ਪੰਜਾਬ ਨਸ਼ਾ ਮੁਕਤ ਹੋਵੇਗਾ। ਸਵਾਲ ਦਾ ਜਵਾਬ ਲੋਕ ਇੰਤਜ਼ਾਰ ਕਰ ਰਹੇ ਨੇ ਪਰ ਕਾਰਵਾਈ ਦਾ ਕੋਈ ਨਾਮੋ ਨਿਸ਼ਾਨ ਨਹੀਂ। ਵੀਡੀਓ ਦੇਖਦੇ ਹਾਂ। ਚਲੋ ਇਹ ਨਿਕਲ ਜਾਓ ਇੱਕ ਮਿੰਟ ਤੋਂ ਪਹਿਲਾਂ।